बिस्मिल्लाहिर्रहमानिर्रहीम अस्सलामुअलैकुम दोस्तों, तुसी वेख रहे हो एतमाद टीवी। तो मैं तुहाडा दोस्त मंजूर अहमद। दोस्तों पहले भी कोशिश करी दी कि तुहाडे वास्ते सोहणे ते खूबसूरत जानवरां दी वीडियो लैके हाजिर होईए। अज लैके आए माशाला एक बहुत ही खूबसूरत पहलन जोटी। माशाला खूबसूरत एक अदारवर भी है ते बड़ी सोहनी जोटी है। कैमरामैन जोटी विखांदे ने। मालिक साहब एक मिनट आओ नौरा। अस्सलामुअलैकुम। वालेकुम सलाम। की हाल है भाई? ठीक हो? खैरियत है? की नाम है जी? मंजूर जी। ਮਨਜ਼ੂਰ ਅਹਿਮਦ। ਮੇਰਾ ਨਾਮ ਵੀ ਮਨਜ਼ੂਰ ਹੈ ਅਤੇ ਚਾਚੂ ਹੋਰਾਂ ਦਾ ਨਾਮ ਵੀ ਮਨਜ਼ੂਰ ਹੈ। ਠੀਕ ਹੈ ਜੀ। ਇਹ ਇਹਦੇ ਬਾਰੇ ਤੂੰ ਸਾਨੂੰ ਡਿਟੇਲ ਦੱਸੋ। ਚਲੋ ਫਿਰ ਦਿਖਾ ਲੈਂਦੇ ਹਾਂ ਅਤੇ ਤੁਹਾਡੇ ਨਾਲ ਕਰਨੇ। ਪਹਿਲਨ ਕਿੰਨਿਆਂ ਦਿਨਾਂ ਦੀ ਸੂਈ ਹੋਈ ਹੈ ਜੀ? ਕੱਲ੍ਹ ਦੀ ਸੂਈ ਹੋਈ ਹੈ। ਪਹਿਲਨ ਜੋਟੀ ਜੀ ਕੱਲ੍ਹ ਸੂਈ ਹੈ। ਕਿੰਨੀਆਂ ਚੁਆਈਆਂ ਕੀਤੀਆਂ ਨੇ ਜੀ? ਤੀਸਰੀ ਚੁਆਈ। ਤੀਸਰੀ ਚੁਆਈ ਕੀਤੀ ਨੇ। ਤੀਸਰੀ ਚੁਆਈ ਹੁਣ ਸਾਡੇ ਆਵਨ ਤੋਂ ਪਹਿਲਾਂ ਹੀ 200 ਚੋਈ ਖਲੋਤੇ ਆਣਗੇ ਜੀ ਅਤੇ ਤੁਹਾਨੂੰ ਉਹ ਬੋਲਾ ਵੀ ਦਿਖਾਉਂਦੇ ਹਾਂ ਜਿਹੜਾ ਇਹਨਾਂ ਨੇ ਚੋਇਆ। ਤੁਸੀਂ ਜੋਟੀ ਵਿਖਾਉਂਦੇ ਨਾ। ਪਹਿਲਾ ਸੂਆ ਸੂਵੀ ਹੈ। ਥੱਲੇ ਬੱਚਾ ਕੀ ਸੀ ਜੀ? ਕੱਟਾ ਜੀ। ਕੱਟਾ ਥੱਲੇ ਸੂ ਅਤੇ ਕੱਲ੍ਹ ਸੂਬੀ ਹੈ। ਤੀਸਰੀ ਚੁਆਈ ਇਹਨਾਂ ਦੋਸਤਾਂ ਨੇ ਕੀਤੀ। ਕਿੰਨਾ ਕੁ ਦੋ ਚੋਇਆ ਮਜ਼ੀਦ ਦਿਖਾ ਵੀ ਦਿੰਦੇ? ਅਢਾਈ ਕਿਲੋ ਬੋਲਾ ਇਹਨਾਂ ਨੇ ਚੋਇਆ ਹੈ ਜੀ। ਠੀਕ ਹੈ, ਕੈਮਰਾਮੈਨ ਵਿਖਾਉਂਦੇ ਨੇ ਅਤੇ ਫਿਰ ਆਪਾਂ ਜਿਹੜਾ ਤੁਸੀਂ ਉਹਨਾਂ 'ਤੇ ਕਰੋ ਜਿਹੜਾ ਬੋਲਾ ਚੋਇਆ ਹੀ ਨੇ ਨਾ ਉਹ ਲੈ ਆਓ, ਅਸੀਂ ਦਿਖਾ ਦਈਏ ਨਾ। ਉਹਨੂੰ ਜੇ ਬਾਹਰ ਕੱਢ ਕੇ ਤੋਰਨ ਅਸੀਂ ਸਾੜਦੇ ਹਾਂ ਤੋਰਨ। ਲਿਆਓ ਪਿੱਛੇ ਲਿਆਓ ਇੱਥੇ ਇੱਕ ਮਿੰਟ ਬਾਹਰ ਹੀ ਬਣਨਾ ਫਿਰ ਅੰਦਰ ਲੈ ਜਾ ਦਿਖਾ ਲਈਏ। ਬਣ ਦੇਵੋ ਜੀ ਤੁਸੀਂ ਬਣ। ਅੱਛਾ ਦੋਸਤੋ, ਬਾਹਰ ਪਹਿਲੇ ਲੈ ਕੇ ਗਿਆ ਸੀ, ਜਗ੍ਹਾ ਥੋੜ੍ਹੀ ਜਿਹੀ ਸੌੜੀ ਹੈਗੀ, ਇਸ ਵਜ੍ਹਾ ਤੋਂ ਮਾਸ਼ਾਅੱਲਾ ਮਾਲ ਕਾਫੀ ਹੈ ਦੋਸਤਾਂ ਦੇ ਕੋਲ, ਅਤੇ ਇਸ ਵਜ੍ਹਾ ਤੋਂ ਬਾਹਰ ਦਿਖਾਈ ਹੈ ਜੋਟੀ। ਅੰਦਰ ਉਹਦਾ ਬੱਚਾ ਅਤੇ ਕਾਲੀ ਪੈ ਗਈ ਅੰਦਰ ਆਉਣ ਨੂੰ, ਅਤੇ ਇਹਦਾ ਜੀ ਇਹਨਾਂ ਨੇ ਬੋਲਾ ਚੋਇਆ ਹੈ ਹੁਣ ਜਿਹੜਾ ਸਾਡੇ ਆਉਣ ਤੋਂ ਪਹਿਲਾਂ ਹੀ ਚੋਈ ਖਲੋਤੇ ਹਨ। ਤਕਰੀਬਨ ਇਹ ਕਿੰਨੇ ਕਿਲੋ ਦੀ ਬਾਲਟੀ ਹੈ ਜੀ? 7 ਕਿਲੋ ਦੀ। ਅਢਾਈ ਕਿਲੋ ਹੈ ਤਕਰੀਬਨ ਹੈ ਜੀ? ਹਾਂਜੀ, ਅਢਾਈ ਕਿਲੋ ਤੇ ਪੱਕਾ ਹੈ ਜਿਹੜਾ ਇਹਨਾਂ ਬੋਲਾ। ਦੇਖ ਲਓ ਤੀਸਰੀ ਚੁਆਈ ਹੈ ਜੀ, ਅਢਾਈ ਕਿਲੋ ਇਹਦਾ ਬੋਲਾ। ਪਹਿਲਾਂ ਜੋਟੀ ਹੈ, ਮਾਸ਼ਾਅੱਲਾ ਖੂਬਸੂਰਤ ਜੋਟੀ ਹੈ। ਜਿਹੜੀਆਂ ਨਾ ਕਾਲੀਆਂ ਬਲੈਕ ਬਿਲਕੁਲ ਅੱਖਾਂ ਇਸੂ ਮਾਸ਼ਾਅੱਲਾ, ਅਤੇ ਚੂਰ ਕੁੰਡ ਸਿੰਘ ਇਸੂਗੇ ਥਣ ਵੀ ਬਿਲਕੁਲ ਛੋਟੇ ਛੋਟੇ ਬਿਲਕੁਲ ਸੋਹਣੇ ਆਣੇ ਸੂਗੇ। ਅਤੇ ਇਹਦਾ ਬੱਚਾ ਦਿਖਾਓ ਜੀ, ਕੁਛ ਮਜ਼ੀਦ ਹੋਰ ਅੰਦਰ ਖੜੀ ਹੈ ਉੱਥੇ, ਕਾਲੀ ਪੈ ਕੇ ਹੋਰ ਦਿਖਾ ਦਿਓ ਦੋਸਤਾਂ ਨੂੰ ਅਤੇ ਬੱਚਾ ਵੀ ਨਾਲ ਦਿਖਾ ਦਿਓ।
ਬੱਚਿਆਂ ਨੂੰ ਰੱਖ ਬੱਚਿਆਂ ਨੂੰ ਦਿੰਦਾ ਆਓ ਜੀ ਬਾਈ ਉਹਨਾਂ ਨਾਲ ਗੱਲ ਮਜ਼ੀਦ ਹੁਣ ਕਰੀਏ। ਇਹ ਕਿ ਦੋਸਤੋ ਤੁਹਾਨੂੰ ਜੋਟੀ ਵੀ ਦਿਖਾਈ, ਮਾਸ਼ਾਅੱਲਾ ਖੂਬਸੂਰਤ ਜੋਟੀ ਹੈ, ਉਹਦਾ ਬੋਲਾ ਵੀ ਦਿਖਾਇਆ, ਬੱਚਾ ਵੀ ਦਿਖਾਇਆ, ਡਿਟੇਲ ਵੀ ਤੁਹਾਨੂੰ ਉਹਦੀ ਦੱਸ ਦਿੱਤੇ ਆ। ਹੁਣ ਸਾਡੇ ਆਉਣ ਤੋਂ ਅੱਜ ਤੁਹਾਡੇ ਸਾਹਮਣੇ ਹੀ ਹੈ, ਬੋਲਾ ਲੈ ਕੇ ਖੜੇ। ਅੱਛਾ ਬਾਈ ਜੀ, ਨੰਬਰ ਤੁਸੀਂ ਆਪਣਾ ਬੋਲ ਦਿੱਤਾ ਪਹਿਲੇ? ਕੋਈ ਨਹੀਂ। ਹਾਂ, ਨੰਬਰ ਆਪਣਾ ਤੁਸੀਂ ਦੇ ਦੇਵੋ, ਮੈਂ ਕਿ ਜੇ ਅਗਰ ਨਹੀਂ ਵੀ ਬੋਲਿਆ ਤਾਂ ਫਿਰ ਨੰਬਰ ਦੱਸ ਦੇਵੋ। 60 ਨੰਬਰ ਦੇ ਦੇ। 0304 94 ਕੀਮਤ ਜਿਹੜੀ ਮੁਨਾਸਬ ਜੀ ਬਾਈ ਚਾਚੀ ਤੁਸੀਂ ਦੱਸਣੀ ਜਿਹੜੀ ਮੁਨਾਸਬ ਜੀ ਲੈਣੀ ਨੇ 90,000 ਮੁਨਾਸਬ ਜੀ ਕੀਮਤ ਦੱਸੋ, ਜਿਤਨੀ ਲੰਬਣੀ ਹੈਗੀ। ਮੰਗਣ ਨੂੰ ਤੁਸੀਂ ਜ਼ਿਆਦਾ ਮੰਗੀ ਜਾ ਸੋ ਫਾਇਦਾ ਕੋਈ ਨੀ, ਦੋਸਤਾਂ ਨੇ ਆਪਣੀ ਸਮਝ ਦੇ ਹਿਸਾਬ ਨਾਲ ਲੰਬਣੀ। ਤੇ ਕੰਮ ਤੋਂ ਕੰਮ ਹੈ ਨਾ 85,000 ਤੋਂ ਘੱਟ ਨਹੀਂ ਦੇਣੀ। 1,85,000 ਫਿਰ ਵੀ ਕੋਈ ਹੋਰ ਗੁੰਜਾਇਸ਼ ਹੈ ਤੇ ਦੱਸ ਦੇਵੋ। ਬਾਈ ਨੇ ਫੋਨ ਸੁਣ ਲਿਆ ਜੀ, ਉਹ ਵਿੱਚ ਆਵਾਜ਼ ਆ ਰਹੀ ਹੈ, ਫੋਨ ਬਾਈ ਨੇ ਸੁਣ ਲਿਆ ਵਿੱਚ ਆਵਾਜ਼ ਆ ਰਹੀ ਹੈ ਕੀ, ਤੇ ਮੈਂ ਕਿਹਾ ਚਲੋ ਅੱਛਾ ਹੁਣ ਚਾਚੂ ਜੀ ਦਾ ਕੋਈ ਫਾਈਨਲ ਹੋਰ ਕੋਈ ਹੈ? ਬਾਈ ਜੀ ਤੁਹਾਨੂੰ ਪੱਕੀ ਗੱਲ ਦੱਸ ਦਿੱਤੀ, ਗੁਜਾਇਸ਼ ਕਰ ਲਓ 1,50,000 ਜੋਟੀ ਨੇ, ਜੋਟੀ ਬਹੁਤ ਸੋਹਣੀ ਹੈ। ਉਹ ਤਾਂ ਮਾਸ਼ਾਅੱਲਾ ਦੋਸਤਾਂ ਸਾਰਿਆਂ ਨੇ ਵੇਖੀ ਹੈ, ਸੋਹਣੀ ਹੈ ਜਿਹੜੀ ਸ਼ੈ ਵੀ ਹੈ ਦੋਸਤਾਂ। ਅੱਛਾ ਚੁਆ ਦੇ ਬਾਰੇ ਪੁੱਛਣਾ ਵੀ ਤੁਸੀਂ ਚੋਈਏ ਫੁਆਰਾ ਸ਼ੁਆਰਾ ਤਾਂ ਨਹੀਂ ਪਈ ਲੈਣਾ? ਓਕੇ, ਫੁਆਰਾ ਚੱਟਰ ਰੇਂਜ ਪੋਲੀ ਅਸੀਂ ਬੱਚਾ ਬਲ ਚੋ ਦੇ ਦੀ ਸੋ ਬਿਲਕੁਲ ਥਣ ਕੇ ਲਿਆ ਰਹੇ। ਹਾਂ ਸਹੀ ਸਣ, ਉਹ ਤਾਂ ਬਿਲਕੁਲ ਸਾਫ ਜ਼ਹਿਰ ਹੈ ਚਾਚੂ ਜੀ, ਅਸੀਂ ਪੁੱਛੀਏ ਵੀ ਭਾਵੇਂ ਨਾ ਪੁੱਛੀਏ, ਜਿਹੜੇ ਦੋਸਤ ਨੇ ਲੈਣੀ ਹੈ ਹਾਂ ਚੋ ਵੀ ਲੈਣਾ ਸਾਦਰ, ਉਹਨਾਂ ਤਾਂ ਕਲੀਅਰ ਕਰਕੇ ਲੈਣੀ ਹੈ, ਉਹ ਆਉਂਦੇ ਨੇ ਅਸਾਂ ਕਲੀਅਰ ਆਪ ਕਰਸਾਂ ਐਵੇਂ ਕਰਕੇ ਕਿਸੇ ਦੋਸਤ ਨੂੰ ਪਸੰਦ ਆਉਂਦੀ ਤੇ ਇਨਸ਼ਾਅੱਲਾ ਪਾਸ ਹੀ ਕਰਾਵਾਂਗੇ, ਦੁੱਧ ਵੀ ਤੁਹਾਨੂੰ ਦੱਸ ਦਿੱਤਾ ਇਨਸ਼ਾਅੱਲਾ ਕਰੇਗੀ। ਜੇ ਪਹਿਲਾਂ ਨਹੀਂ ਗੱਲ ਸੂਈ ਹੈ, ਤੀਸਰੀ ਚੁਆਈ ਤੇ ਮਾਸ਼ਾਅੱਲਾ ਗੱਲ ਸੂਈ, ਅੱਲਾ ਖੈਰ ਕਰੇ ਹੋਰ ਦੋਸਤ ਕਰੇ, ਚਾਰ ਚਾਰ ਗਲਾਸਾਂ ਚੁੰਦਰ ਨੇ ਪੈਣੀ ਮੱਜੀ। ਚਲੋ ਅੱਲਾ ਪਾਕ ਉਹ ਤਾਂ ਨਸੀਬਾਂ ਚ ਕਰੇ। ਬਾਕੀ ਹੋਰ ਕੋਈ ਹੈ ਗੁੰਜਾਇਸ਼ ਦੱਸਣ ਫਿਰ ਉਹਨੇ ਦੱਸ ਦੇਵੋ, ਕੋਈ ਅਗਰ ਮੁਖਸਰੀ ਗੱਲ ਕੀਤੀ ਕੋਈ ਦੋਸਤ ਆਉਂਦੇ ਪਸੰਦ ਕਰਦੇ ਤੇ ਉਹ ਜਾ ਸੀਗੀ।
ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਿਲਕੁਲ ਆਸਾਨੀ ਨਾਲ ਪਹੁੰਚ ਸਕੇ। ਠੀਕ ਹੈ ਦੋਸਤੋ, ਮਿਲਾਂਗੇ ਅਗਲੀ ਵੀਡੀਓ ਤੱਕ, ਇਜਾਜ਼ਤ ਦਿਓ, ਖੁਦਾ ਹਾਫਿਜ਼।